ਚਵਰ ਸ਼ਤਰ ਧਰ ਜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਕੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਆਪਾਂ ਭਾਈ ਸਤਪਾਲ ਸਿੰਘ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਜਿੰਨੇ ਵੀ ਸਿੰਘ ਇਸ ਸੰਘਰਸ਼ ਦੇ ਵਿੱਚ, ਖਾੜਕੂ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਜਾਂ ਜਲਾ ਵਤਨ ਨੇ, ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੁੰਦੇ ਹਾਂ। ਪਿਛਲੇ 15-16 ਸਾਲ ਤੋਂ ਮਹਾਰਾਜ ਬਖਸ਼ਿਸ਼ ਕਰਦਾ, ਕਿਰਪਾ ਕਰਦਾ, ਇਸ ਮੌਕੇ ਦੇ ਉੱਤੇ ਹਾਜ਼ਰੀ ਭਰਨ ਦੇ ਲਈ ਉੱਦਮ ਬਖਸ਼ਦਾ। ਭਾਈ ਸਤਪਾਲ ਸਿੰਘ ਹੁਣਾਂ ਦੇ ਸੰਬੰਧ ਦੇ ਵਿੱਚ ਜਾਂ ਇਸ ਨਗਰ ਦੇ ਹੋਰ ਵੀ ਜਿਹੜੇ ਸ਼ਹੀਦ ਹੈ ਉਹਨਾਂ ਦੇ ਸੰਬੰਧ ਦੇ ਵਿੱਚ ਜਦੋਂ ਜ਼ਿਕਰ ਹੁੰਦਾ ਤਾਂ ਮੈਨੂੰ ਇੱਕ ਇਹ ਵੀ ਗੱਲ ਨਾਲ ਯਾਦ ਆਉਂਦੀ ਕਿ ਸਾਡਾ ਇਤਿਹਾਸ ਸਿੱਖਾਂ ਦਾ ਉਹ ਇੰਨੀਆਂ ਜ਼ਿਆਦਾ ਇਤਿਹਾਸਿਕ ਘਟਨਾਵਾਂ ਜਾਂ ਇਤਿਹਾਸਿਕ ਨਾਇਕਾਂ ਦਾ ਇਤਿਹਾਸ ਹੈ ਜਿਹਨੂੰ ਸਾਰੇ ਨੂੰ ਚੇਤਨ ਰੂਪ ਯਾਦ ਰੱਖਣਾ ਔਖਾ ਹੋ ਜਾਂਦਾ। ਬਹੁਤ ਸਾਰੇ ਮਜ਼ਹਬ, ਬਹੁਤ ਸਾਰੀਆਂ ਸੱਭਿਆਚਾਰਕ ਕੌਮਾਂ ਜਾਂ ਧਰਮਾਂ ਦੇ ਇਤਿਹਾਸ 'ਚ ਥੋੜ੍ਹੇ ਹੀ ਨਾਇਕ ਹੁੰਦੇ ਆ ਜਾਂ ਥੋੜ੍ਹੀਆਂ ਹੀ ਘਟਨਾਵਾਂ ਹੁੰਦੀਆਂ ਜਿਨ੍ਹਾਂ ਨੂੰ ਯਾਦ ਰੱਖਣਾ ਸੌਖਾ ਹੁੰਦਾ। ਦੁਆਬੇ ਦੀ ਇਸ ਧਰਤੀ ਦੇ ਉੱਤੇ 18ਵੀਂ ਸਦੀ ਦੇ ਵਿੱਚ ਜਿਸ ਮਿਸਲ ਦਾ ਰਾਜ ਰਿਹਾ ਕਾਫੀ ਵੱਡੇ ਇਲਾਕੇ 'ਤੇ, ਜਿਹਦੀ ਰਾਜਧਾਨੀ ਰਾਹੋਂ ਰਹੀ, ਉਹ ਇਸੇ ਪਿੰਡ ਦੇ ਨਾਂ ਦੇ ਉੱਤੇ ਸੀਗੀ, ਡੱਲੇ ਵਾਲੀ ਆ ਮਿਸਲ। ਉਹ ਸ਼ਾਇਦ ਪਿੰਡ ਵਾਲੇ ਲੋਕ ਵੀ ਬਹੁਤਾ ਚੇਤਨ ਰੂਪ ਦੇ ਵਿੱਚ ਇਹ ਯਾਦ ਨਹੀਂ ਰੱਖਦੇ ਹੈ ਕਿ ਉਹਨਾਂ ਦੇ ਬਜ਼ੁਰਗ ਕਿਸੇ ਵਕਤ ਇਸ ਧਰਤੀ ਦੇ ਆਜ਼ਾਦ ਸ਼ਾਸਕ ਹੋਏ। ਹੁਣ ਤਾਂ ਆਪਾਂ ਛੋਟੀ ਛੋਟੀਆਂ ਨਵਾਬੀਆਂ, ਸੂਬੇਦਾਰਾਂ ਦੀਆਂ ਲੜਾਈਆਂ ਦੀਆਂ ਗੱਲਾਂ ਕਰਦੇ। ਉਹ ਇਸ ਖਿੱਤੇ ਦੇ ਉੱਤੇ ਲੋਕਾਂ ਨੂੰ ਇਨਸਾਫ ਦੇਣ ਵਾਲੇ, ਆਪ ਖੁਦ ਮੁਖਤਿਆਰ, ਆਪ ਆਜ਼ਾਦ ਸ਼ਾਸਕ ਹੋਏ। ਰਾਹੋਂ ਦੁਆਬੇ ਦਾ ਕਿਸੇ ਵਕਤ ਬਹੁਤ ਵੱਡਾ ਸ਼ਹਿਰ ਸੀਗਾ, ਰਾਜਧਾਨੀ ਰਹੀ ਇਸ ਮਿਸਲ ਦੀ। ਤੋ ਦੂਜੀ ਗੱਲ, ਕਈ ਵਾਰ ਆਪਾਂ ਘਟਨਾਵਾਂ ਯਾਦ ਕਰਦੇ ਹਾਂ, ਆਪਾਂ ਨਾਇਕ ਯਾਦ ਕਰਦੇ ਹਾਂ, ਅਤੇ ਘਟਨਾਵਾਂ ਅਤੇ ਨਾਇਕ ਯਾਦ ਕਰਦੇ ਕਰਦੇ ਜਿਹੜੇ ਇਸ ਸੰਘਰਸ਼ ਨਾਲ ਵਾਹਵਾਸਤਾ ਸ਼ਖਸੀਅਤਾਂ ਹੁੰਦੀਆਂ ਉਹਨਾਂ ਨੂੰ ਤਾਂ ਉਸ ਨਾਇਕ ਜਾਂ ਕੇਸ ਪ੍ਰਥਾਏ ਉਹ ਘਟਨਾ ਹੋਈ ਉਹਦਾ ਨਿਸ਼ਾਨਾ ਉਸ ਆਦਰਸ਼ ਦੇ ਬਾਰੇ ਚੇਤਨ ਰੂਪ 'ਚ ਪਤਾ ਹੁੰਦਾ। ਬਟ ਆਮ ਲੋਕ ਹੈ ਜਿਹੜੇ ਉਹਨਾਂ ਨੂੰ ਦੁਆਰਾ ਉਹ ਗੱਲ ਦੁਹਰਾਉਣੀ ਪੈਂਦੀ ਕਿ ਇਹ ਸੰਘਰਸ਼ ਦੇ ਨਾਇਕ ਕਿਸ ਚੀਜ਼ ਵਾਸਤੇ ਲੜੇ, ਕਿਸ ਚੀਜ਼ ਵਾਸਤੇ ਇੰਨੀ ਘਾਲਣਾ ਹੋਈ, ਕਿਸ ਚੀਜ਼ ਬਾਰੇ ਸ਼ਹਾਦਤਾਂ ਹੋਈਆਂ। ਉਹ ਜ਼ਰੂਰ ਸਾਡੇ ਯਾਦ ਕਰਨ ਯੋਗ ਗੱਲ ਹੁੰਦੀ, ਕਿਉਂਕਿ ਜਦੋਂ ਅਸੀਂ ਸੰਘਰਸ਼ਾਂ ਦੇ, ਸ਼ਹੀਦਾਂ ਦੇ ਮਕਸਦ, ਉਹਨਾਂ ਦੇ ਆਦਰਸ਼ ਨੂੰ ਲੋਕਾਂ 'ਚ ਲਗਾਤਾਰ ਨਾਂ 'ਚ ਤਾਰੀਏ ਤਾਂ ਉਹਨਾਂ ਸ਼ਹੀਦਾਂ ਦਾ ਨਾਂ ਲੈ ਕੇ, ਉਹ ਸੰਘਰਸ਼ ਦਾ ਨਾਂ ਲੈ ਕੇ ਆਪਣੀਆਂ ਨਿੱਜੀ ਲਾਲਸਾਵਾਂ ਵਾਲੇ ਲੋਕ ਜਾਂ ਨਿੱਜੀ ਲਾਲਸਾਵਾਂ ਵਾਲੀਆਂ ਤਨਜ਼ੀਮਾਂ ਉਹਨਾਂ ਨਾਇਕਾਂ ਦੀਆਂ ਘਾਲਣਾਵਾਂ ਦਾ ਫਾਇਦਾ ਲੈ ਲੈਂਦੀਆਂ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਉਹ ਆਦਰਸ਼ ਬਾਰੇ ਕੁਛ ਗੱਲ ਜ਼ਰੂਰ ਕਰੀਏ। ਜਦੋਂ ਵੀ ਆਪਾਂ ਖਾਲਸਾ ਸੰਘਰਸ਼ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਉਹ ਸੰਘਰਸ਼ ਹੀ ਪੂਰੇ ਰੂਪ ਦੇ ਵਿੱਚ ਸਿੱਖ ਇਤਿਹਾਸ ਦਾ ਹਿੱਸਾ ਮੰਨਿਆ ਜਾਣਾ ਜਾਂ ਗੁਰੂ ਦੇ ਦਰ 'ਤੇ ਉਹ ਸ਼ਹੀਦ ਹੀ ਪ੍ਰਵਾਨ ਹੋਣੇ ਆ ਜਿਹੜੇ ਗੁਰੂ ਦੇ ਆਸ਼ੇ ਦੇ ਉੱਤੇ ਲੜਦੇ ਹੋਏ ਸ਼ਹੀਦ ਹੋਏ ਹੋਣ। ਤੋ ਜਿਹੜਾ ਗੁਰੂ ਦਾ ਆਸ਼ਾ ਹੈ ਲੜਨ ਦੇ ਬਾਰੇ, ਪ੍ਰਵਿਰਤੀ ਕਰਮ ਦੇ ਬਾਰੇ, ਸੰਘਰਸ਼ ਦੇ ਬਾਰੇ, ਤੋ ਮੋਟੇ ਰੂਪ ਦੇ ਵਿੱਚ ਸਿੱਖ 3 ਮਸਲਿਆਂ ਦੇ ਵਿੱਚ ਹੀ ਸੰਘਰਸ਼ ਕਰਦੇ ਆਏ। ਪਹਿਲਾ, ਜਦੋਂ ਗੁਰੂ ਦੇ ਅਦਬ ਦੇ ਵਿੱਚ ਕੋਈ ਫਰਕ ਪਵੇ ਫਿਰ ਗੁਰੂ ਨੂੰ ਹੁਕਮ ਹੈ ਸੰਘਰਸ਼ ਦਾ। ਦੂਜਾ, ਜਦੋਂ ਗੁਰੂ ਖਾਲਸਾ ਪੰਥ ਦੇ ਨਿਰੰਤ ਸੁਤੰਤਰ ਵਿਚਰਨ ਦੇ ਵਿੱਚ ਕੋਈ ਰੁਕਾਵਟਾਂ ਹੋਣ, ਗੁਰੂ ਖਾਲਸਾ ਪੰਥ ਦੀ ਨਿਆਰੀ ਪਛਾਣ ਦੇ ਉੱਤੇ ਹਮਲਾ ਹੋਏ, ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਏ ਜਾਂ ਉਹਨਾਂ ਦੀ ਨਸਲਕੁਸ਼ੀ ਤੱਕ ਗੱਲ ਜਾਏ, ਉਦੋਂ ਮਹਾਰਾਜ ਦਾ ਹੁਕਮ ਹੈ ਕਿ ਹੁਣ ਸੰਘਰਸ਼ ਕਰਨਾ ਹੈ। ਅਤੇ ਤੀਜਾ,
ਜਦੋਂ ਕਿਸੇ ਵੀ ਨਤਾਣੇ ਦੇ ਉੱਤੇ ਇੱਕ ਜਾਬਰ ਜ਼ੁਲਮ ਕਰ ਰਿਹਾ ਹੋਵੇ ਅਤੇ ਉਹ ਨਤਾਣਾ ਚਾਹੇ ਕੋਈ ਇੰਡੀਵਿਜੂਅਲ ਹੋਵੇ, ਇਕੱਲਾ ਬੰਦਾ ਹੋਵੇ, ਚਾਹੇ ਕਿਸੇ ਖਿੱਤੇ ਦੇ ਲੋਕ ਹੋਣ, ਚਾਹੇ ਕਿਸੇ ਮਜ਼ਹਬ, ਕਿਸੇ ਸੱਭਿਆਚਾਰਕ ਕੌਮ ਦੇ ਲੋਕ ਹੋਣ, ਜਦੋਂ ਉਹ ਆਪਣੇ ਹੱਕਾਂ ਦੀ, ਆਪਣੇ ਸਵੈਮਾਣ ਦੀ ਰਾਖੀ ਨਾ ਕਰ ਸਕਣ, ਤਾਂ ਮਹਾਰਾਜ ਨੇ ਆਪਣੇ ਦੇ ਉੱਤੇ ਹੁਕਮ ਆਇਦ ਕੀਤਾ ਕਿ ਉਹਨਾਂ ਨਿਮਾਣੇ ਨਿਤਾਣੇ ਲੋਕਾਂ ਦੀ ਧਿਰ ਬਣ ਕੇ ਤੁਸੀਂ ਜੁਰਮਾਨੇ ਦਾ ਨਾਸ ਕਰਨਾ, ਉਹਦੀ ਭੱਖਿਆ ਕਰਨੀ। ਤੋ ਇਸ ਤਿੰਨ ਦਾਇਰੇ ਦੇ ਵਿੱਚ ਜੇ ਲੜਿਆ ਗਿਆ ਸੰਘਰਸ਼ ਹੈ ਤਾਂ ਉਸ ਸੰਘਰਸ਼ ਦੇ ਜਿਹੜੇ ਪਾਂਧੀ ਆ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋਣੇ। ਤੋ ਜਦੋਂ ਹੁਣ ਆਪਾਂ ਇਸ ਪਿਛਲੇ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਬਹੁਤੀ ਵਾਰ ਸੰਘਰਸ਼ ਕਿਸੇ ਇੱਕ ਨੁਕਤੇ 'ਤੇ ਹੀ ਹੁੰਦਾ, ਬਟ ਇਹ ਜਿਹੜਾ ਪਿਛਲਾ ਸੰਘਰਸ਼ ਹੈ ਇਸ ਸੰਘਰਸ਼ ਦੇ ਵਿੱਚ ਹਮਲਾ ਇਸ ਨਾਲ ਜ਼ਿਆਦਾ ਵਿਆਪਕ ਸੀਗਾ ਕਿ ਇਹ ਤਿੰਨੇ ਹੀ ਮਸਲਿਆਂ ਦੇ ਉੱਤੇ ਸਾਡੇ ਦੇ ਉੱਤੇ ਹਮਲਾ ਹੋ ਰਿਹਾ ਸੀਗਾ। ਗੁਰੂ ਦੇ ਅਦਬ ਦੇ ਵਿੱਚ ਫਰਕ ਆਇਆ, ਸ਼ਬਦ ਗੁਰੂ ਦੇ ਸਮਾਨਾਂਤਰ ਉਹਦੇ ਪੈਰਲਲ ਦੇਹਧਾਰੀ ਗੁਰੂ ਡੰਮ ਦੇ ਬੜੇ ਪ੍ਰਪੰਚ ਇੱਥੇ ਦਿੱਲੀ ਤਖ਼ਤ ਨੇ ਚਲਾਏ, ਜਿਹੜੇ ਅੰਗਰੇਜ਼ਾਂ ਦੇ ਵਕਤ ਤੋਂ ਚੱਲਦੇ ਸੀਗੇ, ਬਟ ਉਹ ਅੰਗਰੇਜ਼ਾਂ ਵਾਲੇ ਜੋ ਅੰਗਰੇਜ਼ਾਂ ਨੇ ਫਿਨੋਮਿਨਾ ਘੜਿਆ ਸੀਗਾ ਸਿੱਖਾਂ ਦੇ ਸ਼ਬਦ ਗੁਰੂ ਦੀ ਬੇਅਦਬੀ ਕਰਨ ਦਾ, ਉਹਦੇ ਮੁਕਾਬਲੇ ਦੇਹਧਾਰੀ ਜਿਹੜੇ ਇਹ ਗੁਰੂ ਡੰਮ ਖੜ੍ਹੇ ਕਰਨ ਦਾ, ਉਹ ਜਦੋਂ ਇੱਥੇ ਵਿਪਰਵਾਦੀ ਹਕੂਮਤ ਆ ਗਈ ਦਿੱਲੀ ਦੇ ਤਖ਼ਤ 'ਤੇ, ਉਹਨਾਂ ਨੇ ਉਸੇ ਪੋਲਿਸੀ ਨੂੰ ਹੋਰ ਜ਼ੋਰ ਸ਼ੋਰ ਦੇ ਨਾਲ ਲਾਗੂ ਕੀਤਾ। ਅਤੇ ਉਹ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਨਕਲੀ ਨਿਰੰਕਾਰੀ ਸੀਗੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਗੁਰੂ ਦੀ ਸ਼ਾਨ ਨੂੰ ਘਟਾਉਣ ਦੇ ਲਈ ਯਤਨ ਕੀਤੇ। ਅਤੇ ਦੂਸਰਾ ਜਿਹੜਾ ਗੁਰੂ ਖਾਲਸਾ ਪੰਥ ਹੈ, ਗੁਰੂ ਖਾਲਸਾ ਪੰਥ 'ਤੇ ਕਿਸ ਰੂਪ ਦੇ ਵਿੱਚ ਨਿਆਰੀ ਪਛਾਣ ਨੂੰ ਖਤਮ ਕਰਨ ਦੇ ਲਈ ਅਤੇ ਉਹਨਾਂ ਨੂੰ ਸਰੀਰਕ ਤੌਰ ਦੇ ਉੱਤੇ ਖਤਮ ਕਰਨ ਦੇ ਲਈ ਕਿਸ ਤਰੀਕੇ ਦੇ ਨਾਲ ਦਿੱਲੀ ਤਖ਼ਤ ਦੇ ਜਿਹੜੇ ਇੱਥੋਂ ਦੇ ਸੂਬੇਦਾਰ ਸੀਗੇ, ਚਾਹੇ ਉਹ ਦਰਬਾਰਾ ਹੋਵੇ, ਚਾਹੇ ਉਹ ਇੱਥੇ ਦੇ ਰਵੀਰੋ ਵਰਗੇ ਗਵਰਨਰ ਰਹੇ ਹੋਣ, ਚਾਹੇ ਬੇਅੰਤਾ ਰਿਹਾ ਹੋਵੇ, ਚਾਹੇ ਬਾਦਲ ਰਿਹਾ ਹੋਵੇ, ਜਿਹੜਾ ਵੀ ਇੱਥੇ ਦਿੱਲੀ ਤਖ਼ਤ ਦਾ ਸੂਬੇਦਾਰ ਨਵਾਬ ਬਣ ਕੇ ਆਉਣਾ ਹੈ, ਉਹਨੂੰ ਦਿੱਲੀ ਤਖ਼ਤ ਦੀ ਪੋਲਿਸੀ ਨਿਭਾਉਣੀ ਪੈਂਦੀ। ਉਹ ਸਾਰਿਆਂ ਨੇ ਇੱਕੋ ਚੀਜ਼ ਹੀ ਕੀਤੀ ਅੱਜ ਤੱਕ। ਅਤੇ ਤੀਸਰਾ ਜਿਹੜਾ ਮਹਾਰਾਜ ਨੇ ਕਿਹਾ ਸੀਗਾ ਕਿ ਤੁਸੀਂ ਨਿਮਾਣੇ ਨਿਤਾਣੇ ਲਈ ਖੜ੍ਹਨਾ, ਅਤੇ ਜਦੋਂ ਇਹ ਪੰਜਾਬ ਦਾ ਖਿੱਤਾ ਦੇਖਦੇ ਹਾਂ, ਬੇਸ਼ੱਕ ਇਹ ਖਾਲਸਾ ਪੰਥ ਦੀ ਇੱਕ ਕਰਮ ਭੂਮੀ ਰਿਹਾ, ਖਾਲਸਾ ਪੰਥ ਦੀ ਇਹ ਪ੍ਰਗਟ ਹੋਣ ਦੀ ਭੂਮੀ ਰਿਹਾ, ਪਰ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਵੱਸਦੇ ਨੇ। ਇੱਥੋਂ ਦੇ ਜਿਹੜੇ ਕੁਦਰਤੀ ਸਾਧਨ ਨੇ, ਇੱਥੋਂ ਦੀ ਮਿੱਟੀ ਆ, ਇੱਥੋਂ ਦਾ ਪਾਣੀ ਆ, ਇੱਥੋਂ ਦੀ ਹਵਾ ਹੈ, ਇੱਥੋਂ ਦੇ ਜਿੰਨੇ ਤਰ੍ਹਾਂ ਦੇ ਵੀ ਕੁਦਰਤੀ ਸਾਧਨ ਨੇ, ਉਹਨਾਂ ਸਾਰਿਆਂ ਨੂੰ ਲੁੱਟਣ ਦੀ ਪੋਲਿਸੀ ਜੋ ਦਿੱਲੀ ਤਖ਼ਤ ਦੀ ਅੰਗਰੇਜ਼ ਹਕੂਮਤ ਵੇਲੇ ਰਹੀ ਸੀਗੀ, ਉਹ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਦੋਂ ਇਹ ਵਿਪਰਵਾਦੀ ਹਕੂਮਤ ਆਈ ਆ, ਉਹਨੇ ਉਹ ਹੋਰ ਜ਼ਿਆਦਾ ਤੇਜ਼ ਕਰ ਦਿੱਤੀ ਹੈ। ਦਰਿਆਈ ਪਾਣੀ ਸਾਡੇ ਲੁੱਟੇ ਗਏ, ਜ਼ਮੀਨ ਦੋਜ਼ ਪਾਣੀ ਨੂੰ ਵਰਤਣ ਦੇ ਲਈ ਇਸ ਤਰੀਕੇ ਦੀਆਂ ਫਸਲਾਂ ਦੀਆਂ ਭਾਅ ਦਿੱਤੇ ਗਏ ਕਿ ਉਹ ਆਪਾਂ ਖਤਮ ਹੀ ਕਰ ਚੱਲੇ ਹਾਂ, ਇਸ ਮਜਬੂਰੀ ਇਸ ਗੁਲਾਮੀ ਅੰਦਰ ਚੱਲਦੇ ਹਾਂ। ਤੋ ਹਰੇਕ ਤਰੀਕੇ ਦੇ ਨਾਲ, ਚਾਹੇ ਆਪਾਂ ਐਗਰੋ ਇੰਡਸਟਰੀ ਦੀ ਗੱਲ ਕਰ ਰਹੀਏ, ਚਾਹੇ ਕਿਸੇ ਵੀ ਇੰਡਸਟਰੀ ਦੀ ਗੱਲ ਕਰ ਰਹੀਏ, ਚਾਹੇ ਇੱਥੇ ਦੇ ਜਿਹੜੇ ਮਨੁੱਖੀ ਸਰੋਤ ਨੇ ਉਹਨਾਂ ਦੇ ਸ਼ੋਸ਼ਣ ਦੀ ਗੱਲ ਕਰ ਰਹੀਏ, ਹਰ ਮਸਲੇ ਦੇ ਵਿੱਚ ਦਿੱਲੀ ਤਖ਼ਤ ਦੀ ਪੋਲਿਸੀ ਇਹ ਰਹੀ ਕਿ ਪੰਜਾਬ ਦੀ ਧਰਤੀ ਅਤੇ ਇੱਥੋਂ ਦੇ ਸਾਰੇ ਵਸਿੰਦੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਏ। ਤੋ ਉਹਨਾਂ ਦੇ ਹੱਕਾਂ ਦੇ ਲਈ ਇਹ ਸੰਘਰਸ਼ ਲੜਿਆ ਗਿਆ। ਜੇ ਦਰਿਆਈ ਪਾਣੀਆਂ ਲਈ ਹੱਕ ਲੜਿਆ ਗਿਆ, ਉਹ ਇਕੱਲੇ ਸਿੱਖਾਂ ਨੇ ਨਹੀਂ ਉਹਦੇ 'ਤੇ ਖੇਤੀ ਕਰਨੀ ਜਾਂ ਪਾਣੀ ਪੀਣਾ ਸੀਗਾ, ਉਹ ਸਾਰੇ ਪੰਜਾਬ ਲਈ ਹੈ। ਜੇ ਰਾਜਧਾਨੀ ਦੀ ਗੱਲ ਸੀਗੀ ਜਾਂ ਜਿੰਨੇ ਵੀ ਪੰਜਾਬ ਸਪੈਸੀਫਿਕ ਇਸ਼ੂ ਆ, ਉਹ ਸਾਰੇ ਹੀ ਪੰਜਾਬੀਆਂ ਦੇ ਆ। ਤੋ ਇਹ ਖਾਲਸਾ ਪੰਥ ਸੰਤ ਜਰਨੈਲ ਸਿੰਘ ਹੁਣਾਂ ਦੀ ਅਗਵਾਈ 'ਚ 1982 ਤੋਂ ਉਦੋਂ ਇਹ ਸੰਘਰਸ਼ 'ਚ ਆਇਆ, ਜਦੋਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਕੱਲੇ ਪੰਜਾਬ ਦੇ ਮੁੱਦਿਆਂ ਲਈ ਲੜਦੀਆਂ ਸੀਗੀਆਂ, ਚਾਹੇ ਉਹ ਲੈਫਟ ਦੀਆਂ ਹੋਣ, ਚਾਹੇ ਸੈਕੂਲਰ ਹੋਣ, ਈਵਨ ਅਕਾਲੀ ਦਲ ਵੀ 82 ਤੱਕ ਆਉਂਦਾ ਪੰਜਾਬੀ ਪਾਰਟੀ ਬਣ ਗਿਆ ਸੀਗਾ, ਉਹ ਪੰਥ ਦੀ ਗੱਲ ਕਰਨੀ ਛੱਡ ਗਿਆ ਸੀਗਾ। ਅਤੇ ਉਹ ਪਾਰਟੀਆਂ ਫੇਲ ਹੋ ਚੁੱਕੀਆਂ ਸੀਗੀਆਂ, ਉਹਨਾਂ ਕੋਲੋਂ ਪੰਜਾਬ ਦੇ ਇੰਟਰਸਟ ਬਚਾਏ ਨਹੀਂ ਜਾ ਰਹੇ ਸੀਗੇ। ਉਦੋਂ ਗੁਰੂ ਖਾਲਸਾ ਪੰਥ ਪੰਜਾਬੀਆਂ ਦੇ ਲਈ ਖੜ੍ਹਿਆ ਆ ਕੇ, ਬੇਸ਼ੱਕ ਉਸ ਦੀ ਆਪਦੀ ਇੱਕ ਵੱਖਰੀ ਫਾਈਟ ਚੱਲ ਰਹੀ ਸੀਗੀ। ਸੋ ਇਹ ਤਿੰਨੇ ਹੀ ਵਜ੍ਹਾ ਜਿਹਦੇ ਕਰਕੇ ਮਹਾਰਾਜ ਨੇ ਆਪਾਂ ਨੂੰ ਹੁਕਮ ਲਾਇਆ, ਉਸ ਹੁਕਮ ਦੇ ਪਰਥਾਏ ਭਾਈ ਸਤਪਾਲ ਸਿੰਘ, ਭਾਈ ਹਰਮਿੰਦਰ ਸਿੰਘ ਜਾਂ ਭਾਈ ਰਣਜੀਤ ਸਿੰਘ ਜਿਨ੍ਹਾਂ ਦੀ ਗੱਲ ਕੀਤੀ, ਜਾਂ ਜਿੰਨਾ ਵੀ ਇਹ ਸਾਰਾ ਸੰਘਰਸ਼ ਹੋਇਆ, ਉਹ ਮਹਾਰਾਜ ਦੇ ਦਿੱਤੇ ਹੋਏ ਆਦਰਸ਼ ਦੀ ਪੂਰਤੀ ਦੇ ਬਾਬਤ ਹੋਇਆ।
ਉਹ ਆਦਰਸ਼ ਦੇ ਤਹਿਤ ਹੀ ਇੱਥੇ ਅਸੀਂ ਬੇਗਮਪੁਰੇ ਵਰਗਾ ਸਮਾਜ ਸਿਰਜਣ ਦੇ ਇੱਛੁੱਕ ਹਾਂ, ਜਿਸ ਸਮਾਜ ਦੇ ਵਿੱਚ ਸਾਂਝੀ ਬਾਲ ਦਾ ਬੁਨਿਆਦੀ ਨੁਕਤਾ ਹੋਏ, ਜਿੱਥੇ ਆਪਸੀ ਭਾਈਚਾਰਾ ਪਿਆਰ ਬੁਨਿਆਦੀ ਗੱਲ ਹੋਏ, ਜਿੱਥੇ ਨਿਆਂ ਦੇ ਲਈ ਠੋਕਰਾਂ ਨਾ ਖਾਣੀਆਂ ਪੈਣ, ਐਸਾ ਸਮਾਜ। ਅਤੇ ਐਸੇ ਸਮਾਜ ਨੂੰ ਸਹੀ ਰੂਪ 'ਚ ਚਲਾਉਣ ਦੇ ਲਈ ਜਿਹੜਾ ਜ਼ਰੂਰੀ ਬੁਨਿਆਦੀ ਧੁਰਾ ਹੁੰਦਾ ਉਹ ਹਲੇਮੀ ਰਾਜ ਹੁੰਦਾ। ਹਲੇਮੀ ਰਾਜ ਦੇ ਵਿੱਚ ਨਿਆਂ ਅਤੇ ਸਰੋਤਾਂ ਦੀ ਵੰਡ ਸਭ ਤੋਂ ਬੁਨਿਆਦੀ ਚੀਜ਼ ਹੁੰਦੀ ਆ, ਅਤੇ ਜੋ ਖਾਲਸੇ ਨੇ ਕਰਕੇ ਦੱਸਿਆ। ਇੱਥੇ ਗੱਲ ਹੋਈ ਨਿਆਂ ਦੀ, ਜਿੱਥੇ ਗੁਰੂ ਖਾਲਸਾ ਪੰਥ ਇਸ ਸੰਘਰਸ਼ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਪੰਜਾਬ ਦੇ ਲਈ ਜਾਂ ਪੰਥ ਦੇ ਜੋ ਬਣਦੇ ਹੱਕ ਸੀਗੇ ਉਹਨਾਂ ਦੇ ਨਿਆਂ ਮੰਗਣ ਲਈ ਨਹੀਂ, ਉਹ ਨਿਆਂ ਪ੍ਰਾਪਤ ਕਰਨ ਲਈ ਜੂਝ ਰਿਹਾ ਸੀਗਾ, ਮੰਗ ਨਹੀਂ ਰਿਹਾ ਸੀਗਾ ਕਿਸੇ ਤੋਂ। ਜਾਬਰ ਕੋਲੋਂ ਨਿਆਂ ਮੰਗ ਕੇ ਨਹੀਂ ਲਿਆ ਜਾਂਦਾ, ਜਾਬਰ ਕੋਲੋਂ ਨਿਆਂ ਤਲਵਾਰ ਦੇ ਜ਼ੋਰ 'ਤੇ ਲਿਆ ਜਾਂਦਾ, ਅਤੇ ਉਸ ਨਿਆਂ ਦੇ ਲਈ ਲੜ ਰਿਹਾ ਸੀਗਾ, ਅਤੇ ਇਕੱਲਾ ਆਪਣੇ ਨਿਆਂ ਲਈ ਤਾਂ ਨਹੀਂ ਲੜ ਰਿਹਾ ਸੀਗਾ। ਜਿਹੜਾ ਗੁਰੂ ਖਾਲਸਾ ਪੰਥ ਦਾ ਸੰਘਰਸ਼ ਹੈ ਇਹਦੀ ਇਹੀ ਦੁਨੀਆਂ ਦੇ ਬਾਕੀ ਸੰਘਰਸ਼ਾਂ ਨਾਲੋਂ ਫਰਕ ਹੈ। ਜਿੱਥੇ ਕੋਈ ਇੱਕ ਮਨੁੱਖ ਜਾਂ ਇੱਕ ਗਰੁੱਪ ਜਾਂ ਇੱਕ ਧੜਾ ਆਪਣੀ ਰਾਜ ਦੀ ਲਾਲਸਾ ਲਈ ਲੜ ਰਿਹਾ, ਉਹ ਸਿੱਖਾਂ ਦਾ ਸੰਘਰਸ਼ ਨਹੀਂ ਹੋ ਸਕਦਾ। ਹੋ ਸਕਦਾ ਉਹ ਬੰਦਾ ਦਿਖਦੇ ਰੂਪ 'ਚ ਸਿੱਖ ਹੋਏ। ਜਿੱਥੇ ਤੁਸੀਂ ਆਪਣੇ ਧੜੇ ਤੋਂ ਅੱਗੇ ਵੀ ਚਲੇ ਜਾਓ, ਆਪਣੀ ਕੌਮ ਜਾਂ ਆਪਣੀ ਇਕੱਲੇ ਸੱਭਿਆਚਾਰ ਨੂੰ ਬਚਾਉਣ ਲਈ ਲੜ ਰਹੇ ਹੋਵੋ, ਉਹ ਵੀ ਪੂਰਨ ਤੌਰ 'ਤੇ ਗੁਰਮਤ ਦੇ ਪੈਮਾਨੇ 'ਤੇ ਪੂਰਾ ਨਹੀਂ ਉਤਰਦਾ ਹੈ। ਗੁਰਮਤ ਦੇ ਪੈਮਾਨੇ ਦੇ ਉੱਤੇ ਉਹ ਸੰਘਰਸ਼ ਪੂਰਾ ਉਤਰਨਾ ਜਿਹੜਾ ਸਰਬੱਤ ਦੇ ਭਲੇ ਲਈ ਲੜਿਆ ਜਾਣਾ। ਆਪਣੇ ਭਲੇ ਲਈ ਤਾਂ ਲੜਨਾ ਹੀ ਲੜਨਾ ਹੈ, ਆਪਣੀ ਪਛਾਣ ਬਚਾਉਣ ਲਈ ਤਾਂ ਲੜਨਾ ਹੀ ਲੜਨਾ ਹੈ, ਪਰ ਨਾਲ ਦੂਜਿਆਂ ਲਈ ਵੀ ਲੜਨਾ ਹੈ। ਅਤੇ ਲੜਦੇ ਲੜਦੇ ਹੀ ਦੂਜਿਆਂ ਨੂੰ ਆਪਣੇ ਨਿਆਂ ਲਈ ਜੂਝਦੇ ਹੋਏ ਦੂਜਿਆਂ ਨੂੰ ਵੀ ਨਿਆਂ ਦੇਣਾ, ਅਤੇ ਇਹ ਕਰਕੇ ਦਿਖਾਇਆ। ਭਾਈ ਸਤਪਾਲ ਸਿੰਘ ਹੁਣਾਂ ਦੇ ਬਾਰੇ, ਭਾਈ ਸੁਖਵਿੰਦਰ ਸਿੰਘ ਹੋਣੀ, ਭਾਈ ਦਲਜੀਤ ਸਿੰਘ ਹੋਣੀ ਜਿਹੜੇ ਨਾਲ ਵਿਚਰੇ, ਉਹ ਬਹੁਤ ਬਿਹਤਰ ਜਾਣਦੇ। ਪੰਜਾਬ ਦੇ ਇੱਕ ਬੜੇ ਮਸ਼ਹੂਰ ਆਰਟਿਸਟ ਨੇ ਮੈਨੂੰ ਇੱਕ ਵਾਰ ਗੱਲ ਦੱਸੀ, ਕਹਿੰਦਾ ਵੀ ਅਸੀਂ ਲਾਇਲਪੁਰ ਖਾਲਸਾ ਕਾਲਜ ਪੜ੍ਹਦੇ ਹੁੰਦੇ ਸੀਗੇ, ਅਤੇ ਭਾਈ ਸਤਪਾਲ ਸਿੰਘ ਹੋਣੀ ਉਦੋਂ ਫੈਡਰੇਸ਼ਨ ਦੇ ਉੱਥੇ ਵੱਡੇ ਆਗੂ ਹੁੰਦੇ ਸੀਗੇ ਦੁਆਬੇ ਦੇ। ਉਹ ਕਹਿੰਦਾ ਪੂਰੇ ਦੁਆਬੇ ਭਰ ਤੋਂ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਖਾਲਸਾ ਲਾਇਲਪੁਰ ਖਾਲਸਾ ਕਾਲਜ ਆਉਂਦੇ ਹੁੰਦੇ ਸੀਗੇ, ਅਤੇ ਉੱਥੇ ਦਰਬਾਰ ਲੱਗਦਾ ਹੁੰਦਾ ਸੀਗਾ ਇਨਸਾਫ ਦੇਣ ਲਈ ਲੋਕਾਂ ਨੂੰ। ਇਹ ਸਾਡਾ ਇਨਸਾਫ ਲੋਕ ਆਮ ਲੁਕਾਈ ਨੂੰ ਇਨਸਾਫ ਦੇਣ ਦਾ ਸੰਘਰਸ਼ ਸੀਗਾ। ਜਿੱਥੇ ਦੂਜਿਆਂ ਕੋਲੋਂ ਤਲਵਾਰ ਦੇ ਜ਼ੋਰ ਦੇ ਉੱਤੇ ਆਪਾਂ ਆਪਣਾ ਹੱਕ ਲੈਣਾ, ਉੱਥੇ ਆਮ ਲੋਕ ਨੂੰ ਨਾਲ ਦੀ ਨਾਲ ਦੇਣਾ ਵੀ ਹੈ ਅਤੇ ਦਿੱਤਾ ਵੀ ਹੈ। ਅੱਜ ਵੀ ਸਾਡੀ ਇਹ, ਜੇ ਆਪਾਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਜਾਂ ਆਪਾਂ 18ਵੀਂ ਸਦੀ ਦੇ ਵਿੱਚ ਵੀ ਜਾਈਏ, 18ਵੀਂ ਸਦੀ ਦੇ ਵਿੱਚ ਜਿੱਥੇ ਮਿਸਲਾਂ ਇਸ ਧਰਤੀ ਦੇ ਉੱਤੇ ਉਸ ਹਲੇਮੀ ਰਾਜ ਨੂੰ ਸਥਾਪਿਤ ਕਰਨ ਲਈ ਲੜ ਰਹੀਆਂ ਸੀਗੀਆਂ, ਅਫਗਾਨਾਂ ਦੇ ਖਿਲਾਫ ਲੜ ਰਹੀਆਂ ਸੀਗੀਆਂ, ਉਹ ਮੁਗਲਾਂ ਦੇ ਖਿਲਾਫ, ਮਰਾਠਿਆਂ ਦੇ ਖਿਲਾਫ ਲੜ ਰਹੀਆਂ ਸੀਗੀਆਂ, ਪਰ ਨਾਲ ਦੀ ਨਾਲ 1753 'ਚ ਉਹਨਾਂ ਨੇ ਗੁਰਮਤਾ ਕੀਤਾ ਕਿ ਜਿੱਥੇ ਅਸੀਂ ਉੱਤੇ ਜਰਵਾਣਿਆਂ ਨਾਲ ਲੜਨਾ, ਉੱਥੇ ਅਸੀਂ ਆਮ ਲੋਕਾਂ ਦੇ ਲਈ ਰਾਖੀ ਪ੍ਰਬੰਧ ਵੀ ਸਿਰਜਣਾ। ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਹਰੇਕ ਬਸ਼ਿੰਦੇ ਦੀ, ਉਹਦੇ ਅੱਖੜ ਗਵਾਂਢੀ ਤੋਂ, ਜਰਵਾਣੇ ਤੋਂ, ਚੋਰ ਤੋਂ ਅਤੇ ਜ਼ਾਲਮ ਅਹਿਲਕਾਰ ਤੋਂ ਅਸੀਂ ਰਾਖੀ ਕਰਾਂਗੇ। ਅਤੇ ਉਸ ਰਾਖੀ ਪ੍ਰਬੰਧ ਦੇ ਸਦਕਾ ਹੀ ਜਦੋਂ ਇਹ ਉੱਪਰ ਵਾਲੇ ਜਰਵਾਣਿਆਂ ਦਾ ਪ੍ਰਭਾਵ ਕਮਜ਼ੋਰ ਹੋਇਆ, ਪੰਜਾਬ ਦੀ ਜਿਹੜੀ ਰਾਜਧਾਨੀ ਲਾਹੌਰ ਹੈ, ਲਾਹੌਰ ਦੀ ਜਿਹੜੀ ਸਾਰੀ ਅਲੀਟ ਹੈ, ਜਿਹੜੀ ਸਿਵਲ ਸੁਸਾਇਟੀ ਹੁੰਦੀ, ਜਿਹੜੀ ਪਰੇ ਹੈ, ਉਹ ਆਪ ਸਿੱਖਾਂ ਕੋਲ ਗਈ ਵੀ ਤੁਸੀਂ ਸਭ ਤੋਂ ਨਿਆਂਕਾਰੀ ਬੰਦੇ ਹੋ, ਸਾਡੇ 'ਤੇ ਰਾਜ ਕਰੋ। ਰਾਜ ਕਰਨ ਤੋਂ ਪਹਿਲਾਂ ਨਿਆਂ ਦਾ ਪੈਮਾਨਾ ਸਥਾਪਿਤ ਕਰਕੇ ਦੱਸਿਆ ਸਿੱਖਾਂ ਨੇ। ਅੱਜ ਇੱਥੇ ਹੀ ਸਾਡੀ ਖਤਾ ਹੈ ਕਿ ਸਾਡੇ ਕੋਲੋਂ ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਸੀਗਾ, ਮਹਾਰਾਜ ਨੇ ਸਾਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਦੁਨਿਆਵੀ ਪ੍ਰਬੰਧ ਦੇ ਅਧੀਨ ਚੱਲਣ ਲਈ ਨਾ ਕਿਹਾ। ਹਰ ਪ੍ਰਬੰਧ ਆਪਣਾ ਸਿਰਜਣ ਦੀ ਗੱਲ ਕੀਤੀ ਸੀਗੀ। ਆਪਾਂ ਗੁਰੂ ਘਰ ਦੀ ਗੱਲ ਕਰਦੇ ਹਾਂ, ਨਿਸ਼ਾਨ ਸਾਹਿਬ ਪੁਰਾਣੇ ਵੇਲੇ ਉੱਥੇ ਲੱਗਦਾ ਸੀਗਾ ਜਿੱਥੇ ਕਿੱਥੇ 6 ਚੀਜ਼ਾਂ ਹੋਣ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਅਕਾਲ ਦੀ ਉਸਤਤ ਹੁੰਦੀ ਹੋਏ, ਜਿੱਥੇ ਨਿਆਸਰੇ ਦੇ ਲਈ ਸਰਾਂ ਹੋਏ, ਜਿੱਥੇ ਭੁੱਖੇ ਦੇ ਲਈ ਲੰਗਰ ਹੋਏ, ਜਿੱਥੇ ਰੋਗੀ ਦੇ ਲਈ ਸਫਾਖਾਨਾ ਹੋਏ, ਜਿੱਥੇ ਇੱਕ ਵਿੱਦਿਆ ਦਾ ਮੰਦਰ, ਸਕੂਲ, ਪਾਠਸ਼ਾਲਾ ਹੋਏ, ਅਤੇ ਜਿੱਥੇ ਨਤਾਣੇ ਦੇ ਲਈ ਕਿਲ੍ਹਾ ਹੋਏ, ਜਿੱਥੇ ਇਹ 6 ਚੀਜ਼ਾਂ ਹੋਣ ਉੱਥੇ ਨਿਸ਼ਾਨ ਸਾਹਿਬ ਝੁਲਦਾ ਸੀਗਾ। ਇਸ ਇੰਡੀਪੈਂਡੈਂਟ ਪ੍ਰਬੰਧ ਸੀਗਾ ਸਿੱਖਾਂ ਦਾ। ਅੱਜ ਅਸੀਂ ਕਿਆ ਕਰ ਰਹੇ ਹਾਂ,
ਅੱਜ ਅਸੀਂ ਇਸ ਹੀ ਜਿਹੜਾ ਇੱਕ ਜੁਰਮਾਨਾ ਪ੍ਰਬੰਧ ਹੈ ਜਿਹੜਾ ਦੁਨੀਆ ਦੇ ਇੰਡੀਆ ਆਪਣੇ ਪੰਜਾਬ ਆਪਣੇ ਆਪ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਅਸੈਂਬਲੀ ਕੋ ਆਪਣੇ ਆਪ 'ਚ ਆਜ਼ਾਦ ਸੰਸਥਾ ਨਹੀਂ ਹੈ ਜਿਹੜਾ ਸਾਨੂੰ ਭੁਲੇਖ ਹੈ ਅਸੀਂ ਅਜੇ ਵੀ 1849 ਤੋਂ ਪਹਿਲਾਂ ਵਾਲੇ ਹਿਸਾਬ 'ਚ ਫਿਰਦੇ ਹਾਂ 1849 ਤੋਂ ਪਹਿਲਾਂ ਸਾਡਾ ਇੱਥੇ ਆਜ਼ਾਦ ਰਾਜ ਸੀਗਾ ਜੋ ਗੁਰੂ ਮਹਾਰਾਜ ਨੇ ਸਾਨੂੰ ਨੀਤੀ ਦਿੱਤੀ ਸੀਗੀ ਉਸ ਨੀਤੀ ਦੇ ਤਹਿਤ ਸਰਬੱਤ ਦੇ ਭਲੇ ਲਈ ਅਤੇ ਗੁਰੂ ਖਾਲਸਾ ਪੰਥ ਦੀ ਸ਼ਾਨ ਬੁਲੰਦ ਕਰਨ ਦੇ ਲਈ ਅਸੀਂ ਹੁਕਮ ਕਰਦੇ ਸੀਗੇ ਅਤੇ ਸਾਡੇ ਅਹਿਲਕਾਰ ਚਾਹੇ ਉਹ ਫਰੈਂਚ ਸੀਗੇ ਚਾਹੇ ਉਹ ਇੰਗਲਿਸ਼ ਸੀਗੇ ਚਾਹੇ ਉਹ ਅਮੈਰੀਕਨ ਸੀਗੇ ਚਾਹੇ ਉਹ ਡੋਗਰੇ ਸੀਗੇ ਚਾਹੇ ਸਿੱਖ ਸੀਗੇ ਚਾਹੇ ਹਿੰਦੂ ਸੀਗੇ ਉਹ ਸਾਡੇ ਅਹਿਲਕਾਰ ਸਾਡੀ ਪੋਲਿਸੀ ਦੇ ਮੁਤਾਬਕ ਜੋ ਗੁਰੂ ਖਾਲਸਾ ਪੰਥ ਦੀ ਤਹਿ ਪੋਲਿਸੀ ਆ ਉਹਦੇ ਮੁਤਾਬਕ ਉਹ ਨਿਆਂ ਕਰਦੇ ਸੀਗੇ ਅਤੇ ਉਹ ਪੋਲਿਸੀ ਅਕਾਲ ਤਖਤ ਸਾਹਿਬ ਤੋਂ ਤਹਿ ਹੁੰਦੀ ਸੀਗੀ ਅਤੇ ਉਹਦੇ ਵਿੱਚ ਜੇ ਵੱਡੇ ਤੋਂ ਵੱਡਾ ਲਾਹੌਰ ਦਰਬਾਰ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਵੀ ਉਹ ਅਕਾਲ ਤਖਤ ਦੀ ਪੋਲਿਸੀ ਦੀ ਅਵੱਗਿਆ ਕਰਦਾ ਸੀਗਾ ਤਾਂ ਉਸ ਦੀ ਵੀ ਪੁੱਛ ਪੜਤਾਲ ਹੋ ਜਾਂਦੀ ਸੀਗੀ ਕਿਉਂਕਿ ਸਿਰਮੌਰ ਅਕਾਲ ਤਖਤ ਸਾਹਿਬ ਸੀਗਾ ਇਹ ਜੋ ਦੁਨੀਆ ਦੇ ਦੁਨਿਆਵੀ ਪ੍ਰਬੰਧ ਹੈ ਇਹਨਾਂ ਤੋਂ ਉੱਤੇ ਸੀਗਾ ਉਹ ਅੱਜ ਇੱਦਾਂ ਨਹੀਂ ਹੈ ਗੱਲ ਅੱਜ ਅੰਗਰੇਜ਼ਾਂ ਨੇ 1849 ਤੋਂ ਬਾਅਦ ਇਸ ਗੱਲ ਨੂੰ ਉਲਟੇ ਦਾ ਖੜਾ ਕੀਤਾ ਸਿਰ ਭਾਰ ਅੰਗਰੇਜ਼ਾਂ ਨੇ ਵੇਲੇ ਵੀ ਰਾਜੇ ਸੀਗੇ ਬਟ ਨੀਤੀ ਬਣਾਉਣ ਦੀ ਅਤੇ ਉਹਨੂੰ ਲਾਗੂ ਕਰਨ ਦੀ ਤਾਕਤ ਉਹਨਾਂ ਨੇ ਅਫਸਰਸ਼ਾਹੀ ਨੂੰ ਦਿੱਤੀ ਜਿਹੜੀ ਆ ਬਿਊਰੋਕ੍ਰੇਸੀ ਸਾਰੀ ਚਾਹੇ ਉਹ ਸਿਵਲ ਦੀ ਆ ਚਾਹੇ ਪੁਲਿਸ ਦੀ ਆ ਜਿੰਨੀਆਂ ਵੀ ਸਾਰੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਦੀ ਪੋਲਿਸੀ ਵੀ ਬਿਊਰੋਕ੍ਰੇਸੀ ਤੈਅ ਕਰਦੀ ਆ ਅਤੇ ਉਹਨੂੰ ਲਾਗੂ ਵੀ ਉਹ ਕਰਦੀ ਆ ਇੱਥੇ ਇਹ ਨਹੀਂ ਹੈ ਕਿ ਤੁਸੀਂ ਅਸੈਂਬਲੀ ਦੇ ਵਿੱਚ ਬੈਠ ਜਾਣਾ ਹੈ ਅਤੇ ਜੋ ਤੁਸੀਂ ਕਹਿ ਦੇਣਾ ਹੋ ਜਾਣਾ ਤੁਸੀਂ ਆ ਹੁਣ ਦੀਆਂ ਦੋ ਐਗਜ਼ੈਂਪਲ ਦੇਖ ਲਓ ਪਿਛਲੇ 6 ਮਹੀਨੇ ਦੀਆਂ ਹਾਲਾਂਕਿ ਬਿਊਰੋਕ੍ਰੇਸੀ ਦੀ ਆਪਸੀ ਲੜਾਈ ਦਾ ਨਤੀਜਾ ਇਹ ਕਿ ਸਮਿਤ ਸੈਣੀ ਨੂੰ ਹਵਾਲਾਤ ਦੇਖਣੀ ਪਈ ਪਰ ਉਸ ਤੋਂ ਉੱਪਰ ਵਾਲੀ ਬਿਊਰੋਕ੍ਰੇਸੀ ਨੇ ਕਿਆ ਕਰਿਆ ਕਿ ਫਰਵਰੀ ਤੱਕ ਤੁਸੀਂ ਇਹਨੂੰ ਕੇਸ ਨਹੀਂ ਚਲਾ ਸਕਦੇ ਇਹ ਤੁਹਾਡੀ ਮਰਜ਼ੀ ਨਹੀਂ ਹੈ ਆ ਖੇਤੀ ਦੇ ਕਾਨੂੰਨ ਬਣੇ ਇਹ ਗੁਰਪਾਲ ਸਿੰਘ ਹੁਣੀ ਬੈਠੇ ਸਟੇਟ ਸਬਜੈਕਟ ਹੈ ਸੈਂਟਰ ਨੇ ਕਾਨੂੰਨ ਬਣਾ ਦਿੱਤਾ ਵਿਧਾਨ ਸਭਾ ਨੇ ਆਪਣੀ ਪਾਵਰ ਵਰਤਦੇ ਹੋਏ ਉਹ ਕਾਨੂੰਨ ਰੱਦ ਕਰ ਦਿੱਤਾ ਅਤੇ ਉਸ ਕਾਨੂੰਨ ਦੀ ਕਿਆ ਹੈਸੀਅਤ ਹੋਈ ਉਹ ਗਵਰਨਰ ਨੇ ਅਜੇ ਤੱਕ ਪੜ੍ਹਿਆ ਵੀ ਨਹੀਂ ਹੈ ਇਹ ਨਹੀਂ ਹੈ ਕਿ ਚੰਗੇ ਬੰਦੇ ਆਉਣ ਦੇ ਨਾਲ ਵਿਧਾਨ ਸਭਾ ਦੀ ਤਾਕਤ ਵੱਧ ਜਾਣੀ ਹੈ ਵਿਧਾਨ ਸਭਾ ਦੀ ਤਾਕਤ ਉਹੀ ਹੈ ਜੋ ਅੱਜ ਹੈ ਜਦੋਂ ਅਕਾਲੀ ਪਹਿਲੀ ਵਾਰ ਸਰਕਾਰ 'ਚ ਆਏ ਉਦੋਂ ਉਹਨਾਂ ਨੂੰ ਵੀ ਇਹ ਭੁਲੇਖਾ ਸੀਗਾ ਜੋ ਅੱਜ ਸਾਡੇ ਬੰਦਿਆਂ ਨੂੰ ਭੁਲੇਖਾ ਹੈ ਕਿ ਅਸੀਂ ਆ ਕੇ ਖੌਰੇ ਪੰਜਾਬ ਲਈ ਕਿਆ ਕਰ ਦੇਣਾ ਇੱਕ ਪੰਜਾਬੀ ਦਾ ਅਫੀਸ਼ੀਅਲ ਲੈਂਗੁਏਜ ਦਾ ਐਕਟ ਬਣਾਇਆ ਸੀਗਾ ਉਹ ਵੀ ਲਾਗੂ ਨਹੀਂ ਕਰ ਪਾਇਆ ਅਤੇ ਜਦ ਦੇਖਿਆ ਵੀ ਤਾਕਤ ਹੈ ਨਹੀਂ ਕੋਈ ਵੀ ਜਦੋਂ ਦੂਜੀ ਵਾਰ ਸਰਕਾਰ ਆਉਣ ਲੱਗੀ ਸਰਦਾਰ ਕਪੂਰ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਮੁੱਖ ਮੰਤਰੀ ਬਣ ਜਾਓ ਉਹ ਕਹਿੰਦਾ ਵੀ ਮੁੱਖ ਮੰਤਰੀ ਦੀ ਕੁਰਸੀ 'ਚ ਮੇਅਰ ਜਿੰਨੀ ਵੀ ਤਾਕਤ ਨਹੀਂ ਹੈ ਵੀ ਮੈਂ ਕੁਰਸੀ 'ਤੇ ਬੈਠ ਕੇ ਬਦਨਾਮੀ ਕਰਾਉਣੀ ਆਪਣੀ ਪਹਿਲਾਂ ਤਾਕਤ ਲਓ 73 'ਚ ਅਨੰਦਪੁਰ ਸਾਹਿਬ ਮਤਾ ਪਾਸ ਕੀਤਾ ਉਦੋਂ 2 ਸਾਲ ਪਹਿਲਾਂ 71 'ਚ ਬਟਾਲੇ ਅਕਾਲੀ ਕਾਨਫਰੰਸ ਹੋਈ ਜਿਹਦੇ 'ਚ ਉਹਨਾਂ ਨੇ ਇਹ ਤੈਅ ਕੀਤਾ ਕਿ ਪਹਿਲਾਂ ਆਪਾਂ ਵੱਧ ਅਧਿਕਾਰ ਲਈ ਸਟਰਗਲ ਕਰਨੀ ਆ ਉਹ ਮਿਲੂਗੇ ਤਾਂ ਰਾਜ ਕਰਨਾ ਉਹ ਗੱਲ ਵੱਖਰੀ ਆ ਕਿ ਸਟਰਗਲ 'ਚ ਲੋਕ ਦਮ ਛੱਡ ਜਾਂਦੇ ਹੁਣ ਤੁਸੀਂ ਮੈਨੂੰ ਦੱਸੋ ਵੀ ਜਿੰਨੇ ਅਧਿਕਾਰ 71 'ਚ ਸੀਗੇ ਵਿਧਾਨ ਸਭਾ 'ਚ ਵਿਧਾਨ ਸਭਾਵਾਂ ਕੋਲ ਅੱਜ ਹੈਗੇ ਉਹ ਅੱਜ ਸਰ ਸਾਰੇ ਸੰਵਿਧਾਨ ਸੈਂਟਰ ਕੋਲ ਹੈ ਅਤੇ ਸੈਂਟਰ ਕੋਲ ਵੀ ਅੱਗੇ ਸੈਂਟਰ ਸਰਕਾਰ ਕੋਲ ਹੁੰਦੇ ਸੀਗੇ ਕੈਬਨਿਟ ਕੋਲ ਉਹ ਵੀ ਪਰਸਨਲਾਈਜ਼ ਕਰ ਲਏ ਉਹ ਵੀ ਇਕੱਲੇ PM ਆਫਿਸ ਕੋਲ ਹੈ ਇੰਦਰਾ ਗਾਂਧੀ ਨੂੰ ਆਪਾਂ ਮੰਨਦੇ ਕਿ ਉਹ ਬਹੁਤ ਪਾਵਰਫੁੱਲ ਸੈਂਟਰਲਾਈਜ਼ ਲੀਡਰ ਸੀਗੀ ਉਹਦੇ ਵੇਲੇ PMO ਦੇ ਵਿੱਚ 4 ਅਫਸਰ ਸੀਗੇ ਅੱਜ ਕਿੰਨੇ ਆ 400 ਪਾਵਰ ਇੰਨੀ ਜ਼ਿਆਦਾ ਸੈਂਟਰਲਾਈਜ਼ਡ ਹੋ ਗਈ ਆ ਆਪਾਂ ਨੂੰ ਪਿਛਲੇ 100 ਸਾਲ ਦੇ ਵਿੱਚ ਜਿਹੜੇ ਆਪਾਂ ਰਾਹ ਮਿੱਥੇ ਆ ਇੱਥੋਂ ਦੇ ਲੋਕਾਂ ਦੀ ਭਲਾਈ ਦੇ ਵਾਸਤੇ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਉਹਨਾਂ ਦੇ ਉੱਤੇ ਆਪਾਂ ਨੂੰ ਗੌਰ ਕਰਨ ਦੀ ਲੋੜ ਹੈ ਸਿਰਫ ਇੰਨੀ ਗੱਲ ਨਹੀਂ ਹੈ ਕਿ ਬੰਦੇ ਮਾੜੇ ਇਹ ਠੀਕ ਹੈ ਕਿ ਬੰਦਿਆਂ ਦੀਆਂ ਲਾਲਸਾਵਾਂ ਨੇ ਲਾਲਸਾਵਾਂ ਕਰਕੇ ਸਟਰਗਲਾਂ ਵਿਕੀਆਂ ਨੇ ਪਰ ਸਾਰੇ ਮਾੜੇ ਨਹੀਂ ਸੀਗੇ
सारे इस राह दे सही भी चले ने पर नतीजे फिर भी नहीं हुए, तो इस करके राह सानू सोचण दी लोड़। मैं एक गल आखरी कहनी है, वो ये कि जदों भी मैं निजी तौर दे उत्ते जां कदे भी सिखां नू किसी भी समस्यावां दे विच फसना है सिखां ने, तो सानू अपने जो सुनहरी दौर है उन्हां च पिछे जाना पैना है कि उदों साडे बजुर्गां ने किस तरीके दे नाल समस्यावां हल कीतियां ने, किस तरीके दे प्रबंध सिगे। तो सिखां लई सब तो बेहतरीन समा मिसलां दा समा, उस तो बेहतर समा सिखां ने नहीं देखिया। सब तो तकड़ी स्ट्रगल सिखां दी उस वक्त होई, मराठे मध्य भारत दे विच बहुत वड्डी फोर्स सीगे, 1.5 लाख फौज सीगी उन्हां कोल, अफगान अब्दाली की अगवाई बहुत वड्डी फोर्स सीगी सेंट्रल एशिया की। मुगल उस वक्त दुनिया के जिहड़े दो सब तो वड्डे अंपायर सीगे, जां मुगल सीगे जां फिर उस्मानिया अंपायर जिहड़ा तुर्की वाला उह सी, तो एडियां तीन वड्डियां ताकतां दे नाल सिखां दी स्ट्रगल सी। तो उस वेले सिखां दी फॉर्मेशन किद्दां सीगी वह आपां नूं देखण दी बहुत लोड़ है। सिखां दे विच पोलिटिकल फील्ड दे विच चार किस्म की फॉर्मेशन चलती सीगी। एक सिख सीगे जिन्हां नूं आपां राठ सिख कहिंदे आ, जिन्हां नूं गुरु खालसा पंथ दी नुमाइंदा धिर कहिंदे सीगे, वह सीगियां 11 मिसलां। उन्हां मिसलां दे विच भी दो किस्म दीआं मिसलां सीगियां, एक मिसल सीगी मिसल शहीदां, जां एक नहीं भी मिसल सीगी बुढ़ा दल। वह ऐसी मिसल सीगी जिहड़ी गुरु दे आशे दे प्रथाए सिर्फ निष्काम रह के स्ट्रगल करती सीगी। कोई भी दुनियावी अहुदा जां किसी भी दुनियावी टैरिटरी दे उत्ते वह राज नहीं करती सीगी। इसे करके अज सिर्फ ये दो ही जथेबंदियां सिखां दीआं 18वीं सदी दीआं ने जिहड़ियां जींदा ने, चाहे उन्होंने वो इतिहासक भूमिका नहीं निभाई बट उन्होंने ही नाम बचे ने। यह जथेबंदियों का क्या काम सीगा, ये जथेबंदियां अकाल तख्त साहब के उत्ते इन्हों की सेवा सीगी। ये जो पॉलिसी तय होंगी है वो निगरान धिर सी, अकाली फूला सिंह होए, बाबा दीप सिंह हो गए, बाबा गुरबख्श सिंह होनी हो गए, ये इस मिसल दे सीगे। ये मेक श्योर करते सीगे कि जो भी इस खिते ते राज कर रहा वह खालसे दे बोलबाले अनुसार करे, अपनी मर्जी अनुसार न करे। ते दूजियां जिहड़ियां 11 मिसलां जो बाकी 10 मिसलां सीगियां वह कहिंदियां सीगियां कि असी किसे दे अधीन ना कोई सूबेदारी लैनी आ, ना कोई नवाबी लैनी आ, असी अपना आजाद राज स्थापित करना, जे आजाद राज नहीं स्थापित कर सकते तो बागी होकर लड़ना, तो जिन्ना क लोगों नूं न्याय दे सकते हो देना। बाकी सारिया 10 मिसलां इस कैटेगरी सीगियां, पर इस तो बिना भी बहुत सारे सिख सीगे। ये 11 मिसलां च रला के 30,000 सिख सीगा, दूजियां च ज्यादा सीगे। सब तो वड्डी मिसल जिहदा सब तो वड्डे इलाके ते राज सीगा वह फूलकिया मिसल सीगी, वह भी अमृतधारी सीगा, पर वह पंथ का हिस्सा ना, वह जो गुरमता हुंदा सीगा उदों नहीं आ सकता सीगा। वह इस करके ना आ सकता कि वह जिहड़ी महाराज ने पंथ नूं एक हुक्म लाया है कि पंथ ने सुतंत्र विचरना, किसी के अधीन नहीं विचरना है, वह उहदियां लत्तां चैना ताण ना, वह सूबेदारी करता सीगा। जदों इत्थे मिसलां दा जोर हुंदा सीगा वह मिसलां नूं अपने हाकम मान लैंदा सीगा, जदों मुगलां दा जोर हुंदा सीगा उहने मुगलां नूं हाकम मान लिया, जदों अफगानां दा जोर होया उहने अफगानां नूं मान लिया। उहदे लई उह इलाके ते अपनी सत्ता बचाउणी इंपोर्टेंट गल सी। अज भी अपने कोल इदां दे बहुत सारे सिख है कि जिन्नियां सारियां पोलीटिकल पार्टियां वह इदां दीआं ही, बादल दल जिन्ने भी वोटां वाले यही मन्नो। इस तों बिना भी एक सिख सीगे जिहड़े सिख झंडे ते भी नहीं लड़दे सीगे, वह भी सीगे। उहनां दे विच दीवान कौड़ा मल सीगे, वह मुल्तान दे गवर्नर भी रहे, वह बहुत वड्डे नवाब वड्डियां अहुदेदारियां रहियां उहनां कोल, वह सीधे ही अहलकार सीगे मुगलां दे, पर उन्होंने उत्थे रह के भी जिन्ना कु वो कर सके उन्होंने सिखां दा बड़ा फायदा किया। अज साडे कोलों ये चार कैटागरियां पछाण नहीं हो रही, जिहड़े चरखियां ते चढ़े उन्हां दा आपां अरदास नां लैने भाई सवेक सिंह हुणां दा, पर भाई सवेक सिंह क्योंकि लाहौर दरबार दे अहलकार सीगे, इस करके जदों गुरु खालसा पंथ की एकत्रता हुई आ
उहदे विच उन्होंने कहा कि तैनू तनखाह लाउणी पैणी पहलां तां तूं आ के साडे नाल गल भी कर सकदा। अज साडे इह प्रॉब्लम है कि कोई जिहड़ा दीवान कौड़ां वल वांगू किसी नॉन सिख पार्टी च रह के लड़ रहा वह भी पंथ, बाबा आला सिंह वांगू सारिआं नूं ही अपना बादशाह मन्नण नूं तैयार है। वह दसदे वी उहदे कोल दो मोहरां हुंदीआं सीगीआं, जदों मिसलां दा राज हो गया उदों उन्हें अकाल सहाय लाण लग जाणी, जदों अबदाली दा राज हो गया उन्हें सुल्तान सहाय लाण लग जाणी। हुण जिन्ने सारे चंडीगढ़ दे तुसीं सूबेदार बनाने मुख्यमंत्री बनाने उहनां नूं तां इंडिया दे तखत दी मोहर लाणी पैणी। उह भी कहिंदे असीं पंथ दे सब तों वड्डे सेवादार। जिहड़ियां दूजियां दो मिसलां जिन्हां दे विच मैं कहिंदा कि बहुत पवित्र जज्बा हो सकदा कि आपां गुरु खालसा पंथ दे मुताबक इत्थे हलेमी राज स्थापित करना, पर वह जिहड़ा रस्ता फड़िया होया वह तो सूबेदारी वाला, उहदे चों राज बन ही नहीं सकता है कदे भी। मैं ये नहीं कहिंदा कि उहनां दी कोई भूमिका नहीं है, उहनां दी निश्चित तौर पर भूमिका है, जिदा दीवान कौड़ा मल सिंह हुणां दी भी सीगी, बाबा आला सिंह दी भी सीगी, क्योंकि बाबा आला सिंह ने जदों वड्डा घल्लूघारा होया उदों बड़ी मदद की। सारियां दी आपो अपनी भूमिका, पर चक्कर क्या है कि जिहड़ा जिथे खड़ा है वह उदू उपर आले खाने अपने आप नूं लिया जाता है। अज जिहड़ी मेरे तो पहला सुखदेव सिंह हुणी गल करदे सीगे वह इसे नतीजे करके हो रही। जिन्ने भी सिख मूवमेंट दे नाल इस मूवमेंट का हिस्सा रहे उन्होंने मैं नाल पिछले 15-16-17 साल तो जब दा मैं एक्टिव हुआ उन्होंने नाल ही विचरिया, तो उन्होंने नाल रह के मैं इन्ना पता है कि जब उन्हों का स्टेज तो ना लिया जाता हों संघ लगन लग जाती, तो जिन्हें कख भी नहीं किया हों कि सब तो मोहरे आ के ये दावा कर रहा हों कि मैं किया ही मैं, तो मैं नाल विचर के भी देखे है, तो पबलिक भाषण च भी देखे है, जिन्हें बंदे मूवमेंट रहे वो इदा कदे दावा नहीं करते। मैं यही जानना कि वह इन्ने की अरदास करते कि असी महाराज ने साडे ते कृपा की, साडे तो सेवा लै ली। इहदा कबीर जी का शब्द भी हैगा ना कि कबीर ना हम किया ना करहेंगे ना कर सके शरीर, क्या जानऊ किश हर किया भयो कबीर कबीर। अज जिहड़े दूजे बंदे आ जिहड़े इस संघर्ष के उत्ते इस तौमता ला रहे आ वो इस गल्लों बहुत झंझलाए हुए है कि पंथ होण दा दावा तो असी पिछले 15 साल तो सब तो अगे हो के कर रहे, अहुदे भी साढ़े कोल, जथेबंदियां भी साढ़े कोल, भी ये घर बैठिया भी लोग मानता करी जांदे इन्हां दी, पर वो ये नहीं जानते कि इस संघर्ष के विच शहीदां दा मना मूही खून है जिहड़ा इस संघर्ष दीआं नीहां च पिया होया, उस खून दे सदका उस पवित्र खून दे सदका इस संघर्ष दा वी ते इस संघर्ष दे नायकां दा रुतबा बुलंद होना ही होना। उहनूं धुंदला नहीं कीता जा सकता है। मैं 2004 तों देख रहा, 2004 तों जदों शहादत दे बारे शहीदां दे बारे इस स्ट्रगल दे बारे संत जरनैल सिंह उन्हां दे बारे को गल कीती जांदी सीगी, बहुता लोग साडी सोसाइटी का वड्डा हिस्सा डर करके सुनना नहीं चाहता सीगा, चाहे उन्हां दे मन च बहुत सत्कार सीगा। असी फतेहगढ़ साहब फैडरेशन की कानफ्रेंस की दिसंबर के संत जरनैल सिंह उन्हां दे जीवनी के उत्ते 3-4 किताबां आईयां सीगियां, उदों एक उन्हां दी सीडी सीगी उन्हां दे भाषणां दी, वो बेचण लई स्टाल लाई, दिने कोई बंदा लैण नहीं आया, नेरा लथ दे ही 3-4 हज़ार वो पीस बिक गया। मंच सत्कार बहुत सीगा पर सरकार दे जबर करके डर सीगा, पर वो डर हुण लगातार चक हुंदा जा रहा, तो जिहड़ी नवीं पीढ़ी आ वह भी तो जिहड़े पुराने आ उन्होंने भी ये जिन्ने उस वेले ये पंथ का दावा करन वाले सीगे जिहड़े सूबेदारी दीआं लड़ाइयां च ने पहलां भी सीगे अज भी आ उन्हां दे जदों अमल देख रहे वह भी हुण उस मूवमेंट के बारे उस मूवमेंट के नायकों के बारे जानना चाहते, बहुत क्रियोसिटी है। और इस किसानी संघर्ष ने उस क्रियोसिटी होर वधाता,
जिदा जिदा किसानी संघर्ष लंबा हो जाना जा इन दी लीडरशिप है जी खड़ोत दे जी हुण फैसला नहीं लै पा रही वो चलद उस संघर्ष बारे जानने की होर बहुत ज़्यादा क्रियोसिटी बन रही। इस गल तो सरकार भी बहुत चिंतित है कि जेडे मार खपा दिते सीगे जिन्हां दे बारे लोगों के मन के डर पाता सीगा अज वह दोबारा लोगों के मन के सब तो अंदरूनी कोने दे विच फिर किदां जगह बना गए ते नाल दी नाल उन्होंने भी बहुत डर है जिहड़े पिछले 15-20 साल तो पंथ का मखौटा ला के सूबेदारी दीयां लड़ाइयां लड़दे आ रहे ते हुण हो क्या रहा हुण वह हो रहा भी जो सरकार पहलां करदी आई असीं कहा भाई ये दिल्ली दे विच जो कुछ होया ये कतलेआम है। सरकार ने अपने मीडिया राही अपनियां यूनीवर्सिटियां राही सारा जोर लाता है स्थापित करन भी ये दंगे है। इत्थे सरकार ने जोर लाया भी ये अतवादी है लोगों ने उन्होंने खड़कू ही मनिया सरकार ने सारा जोर ला लिया। इस संघर्ष में लोग दो लकबां दे नाल याद करते जां तां खालिस्तान लहर कहणगे जां खड़कू संघर्ष। हुण पिछले दिनों तो सरकार का सारा जोर लग्या होया ते अपने कुछ भरा उस कुहाड़े का दस्ता बन रहे अपनी निजी लालसावां जां कमजोरियां करके सरकार ये ट्राई कर रही है भी ये गल स्थापित हो जाए भी ये भरा मारू जंग सी इस गल्लां स्थापित नहीं होनिया है कदे भी झूठ कदे स्थापित नहीं होना है। जब जिस बंदे बारे तुसी ये कह रहे कि इसने जी आ कर दिता वह कर दिता जब उहदे ये कारनामे सामने आने हैं कि भाई इस धिर ने जनरल वैद्या सोधिया इस धिर ने अर्जन दास सोधिया इस धिर ने धर्मदास शास्त्री सोधिया इस धिर ने बेंता बुच्चड़ सोधिया इस धिर ने गोबिंद राम वर्गे जावर सोधे जब वो सारिया गल्ला सामने आनी समझ आ जानी कि ये लड़ाई कौन लड़ रहा है। सो आपू बहुत चिंतित होने की लड़ नहीं। आखिरी गल ये मैं कहना कि शहीद सदा सिख पंथ के संबंध के मैं कह कि सरमाया होंगे सदा। एक अंग्रेज की लिखत है 1780 के आस पास की वो क्योंकि पछम चो आए थे जिहड़ा राज करन वाला बंदा हुंदा जिहदी कल्ली राज करन दी लालसा हुंदी उहनूं सिख नहीं समझ आ सकदे चाहे वह साडे चो ही होण बंदे वो हुण राज करन दी लालसा वाले बंदे सीगे वो कहिंदा इह बड़े अजीब बंदे कहिंदा इहनां दे नाल दा इक बंदा जंग च शहीद हो जाए ये कहिंदा खुशी जकारे लाण लग जांदे दुनिया दीयां सारीयां फौजां दे विच नाल दा फौजी मारिया जाए तो अफसोस हुंदा कहिंदा ये खुशी चकारे लाने लग जांदे वह गोरे नूं नहीं समझ आ सकदी भी क्यों लाउंदे क्योंकि उन्हूं नहीं पता है कि इत्थे जिहड़ा सब तो शुद्ध सरूप स्ट्रगल लड़ रहा उहदा जिथे एक दुनियावी तकाजा है आजादी का जिथे उहदा एक दुनियावी तकाजा है सरबत दे भले का राज स्थापित करन दा उहदा एक इस तों भी वड्डा मनोरथ है। गुरु दसवें पातशाह की दरगाह के बेच एक पीढ़ी जिनी जगह लैन दा ते वो शहादत दे रास्ते सौखी मिलती ये दुनियावी बंदियां दीयां गल्लां समझ आने वाली नहीं हन चाहे वह साढ़े सिखां चों ही होण। मैं अज किन्ने बंदियां नूं जाणदा मैं एक माझे दे खाड़कू सिंह नूं जाणदा जिहदे तीन भरा शहीद होए प्यो माँ सारिया जेलां च रहे उन्हूं अज इस गल का अफसोस है भी महाराज ने मेरे ते बख्शिश नहीं की थी, मैं शहीद नहीं होया उहदे उहदा इत्थे गोली जरूर लगी सी खोपड़ी के थले वो बच गया। आ सिंह बैठा वो दे पिता की इंटरव्यू लैन गया इन्हें पुछ बैठा भी थोड़े तीन लड़के शहीद होए भी थानू कि घाटा नहीं महसूस होंदा वो ये ना खिज गया भी इन्ना मूर्ख आदमी नूं यह नहीं पता लगता भी शहीद घाटा होंदे कि वाधा होंदे। अज लोग बिजनेस वांगू गल्लां करदे भी शहादतां चों कुछ मिलिया नहीं है दसो ये व्यापार लड़ रहे ਇਹ ਛੋਟੀਆਂ ਮੋਟੀਆਂ ਪੰਜਾਬ ਦੀਆਂ ਸੂਬੇਦਾਰੀਆਂ ਤਾਂ ਪੰਥ ਦੇ ਪੈਰਾਂ ਦੇ ਵਿੱਚ ਸੰਤਾਂ ਦੇ ਵੇਲੇ ਤੋਂ ਰੁਲਦੀਆਂ ਫਿਰਦੀਆਂ ਸੀਗੀਆਂ ਕਿੰਨੇ ਗਵਾਹ ਆਪਣੇ ਸਾਹਮਣੇ ਇਹ ਇਹਨਾਂ ਲਈ ਨਹੀਂ ਲੜ ਰਹੇ ਸੀ ਇਹਨਾਂ ਦੇ ਮਰਕਜ਼ ਉੱਚੇ ਸੀਗੇ। ਅੱਜ ਆਪਾਂ ਨੂੰ ਆਪਣੀ ਸਥਿਤੀ ਪਛਾਣਨ ਦੀ ਲੋੜ ਹੈ ਇਹ ਸ਼ਹੀਦਾਂ ਦੀ ਅਜ਼ਮਤ ਪਛਾਣਨ ਦੀ ਲੋੜ ਹੈ ਜਿਹੜੀ ਸਾਡੇ ਕੋਲੋਂ ਅੱਜ ਆਪਣੇ ਇਸ ਦੁਨਿਆਵੀ ਜ਼ਿੰਦਗੀ 'ਚ ਚੱਲਦਿਆਂ इस जड़े साडे दे उत्ते ये परदे पए हुए आ माया दे पंज विकारां दे इन्हां दे चलदे आ साडे कोलों ये शहीदां दी अजमत पछाण नहीं हो रही है।
ਆਪਾਂ ਆਪਣੀ ਹੈਸੀਅਤ ਪਛਾਣੀਏ। ਮੈਨੂੰ ਪਤਾ ਕਿ ਮੇਰੇ ਮਨ ਦੇ ਅੰਦਰੋਂ ਸ਼ਹੀਦੀ ਦੀ ਅਰਦਾਸ ਨਹੀਂ ਨਿਕਲਦੀ ਹੈ ਤਾਂ ਮੈਂ ਇਸ ਖਿੱਤੇ 'ਚ ਨਾ ਖੜਾ। ਮੈਨੂੰ ਪਤਾ ਮੇਰੇ ਨਹੀਂ ਨਿਕਲਦੀ। ਤੋ ਜਿੰਨੇ ਕੁ ਜੋਗੇ ਹੈਗੇ ਹਾਂ ਆਪਾਂ ਉੱਥੇ ਖੜ ਕੇ ਲੜੀਏ। ਪੰਥ ਦੇ ਨਾਂ ਦੇ ਉੱਤੇ ਪੰਜਾਬ ਦੀ ਵੋਟ ਪੋਲੀਟਿਕਸ ਕਰੋਂਗੇ, ਇਹ ਸਭ ਤੋਂ ਵੱਡੀ ਕੁਰਾਹੀ ਆ। ਅਕਾਲੀ ਦਲ ਨੇ, ਬਾਦਲ ਨੇ ਇਸੇ ਗੱਲ ਦਾ ਫਾਇਦਾ ਲਿਆ। ਉਹ ਹੋਰ ਨਾਂ 'ਤੇ ਹੋਣੀ ਚਾਹੀਦੀ। ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਕੋਈ ਪੂਰਬੀ ਆ ਰਾਜ ਕਰੇ, ਇੱਥੇ ਪੰਜਾਬੀ ਕਰੇ, ਇੱਥੇ ਸਿੱਖ ਕਰੇ, ਪਰ ਉਹ ਪੰਥ ਦੀ ਧਿਰ ਨਹੀਂ ਹੋ ਸਕਦੀ। ਉਹ ਦੀਵਾਨ ਕੌੜਾ ਮੱਲ ਵਾਂਗੂ ਕੋਈ ਹੋਰ ਹੋ ਸਕਦਾ, ਜਾਂ ਆਲਾ ਸਿੰਘ ਵਾਂਗੂ ਉਹ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਪੰਥ ਦਾ ਹਿੱਸਾ ਨਾ ਮੰਨਦਾ। ਇੱਥੇ ਪ੍ਰੋਬਲਮ ਇਹ ਹੁੰਦੀ ਆ ਕਿ ਜਿਹੜੇ ਲੜ ਸੂਬੇਦਾਰੀ ਲਈ ਰਹੇ ਆ, ਉਹ ਪੰਥ ਦੇ ਗੁਰਮਤਿਆਂ ਦੇ ਵਿੱਚ ਆ ਕੇ ਆਪਣੀ ਇਸ ਲਾਲਸਾ ਦੇ ਤਹਿਤ ਪੰਥ ਦੇ ਫੈਸਲਿਆਂ ਨੂੰ ਫਿਰ ਪ੍ਰਭਾਵਿਤ ਕਰਦੇ। ਸੋ ਆਪਾਂ ਆਪਣੀ ਜਿਹੜੀ ਆਪੋ ਆਪਣੀ ਜਿੰਨੀ ਕੁ ਮਹਾਰਾਜ ਨੇ ਸਾਨੂੰ ਸੇਵਾ ਜੋਗਾ ਤਾਣ ਅਤੇ ਬੁੱਧ ਬਖਸ਼ੀ ਆ, ਉਹਦੇ ਬਾਰੇ ਜ਼ਰੂਰ ਪੁਨਰ ਵਿਚਾਰ ਕਰਨ ਦਾ ਸਮਾਂ ਹੈ। ਨਿਸ਼ਚਿਤ ਤੌਰ ਦੇ ਉੱਤੇ ਬਹੁਤ ਜ਼ਿਆਦਾ ਸਮੱਸਿਆ 'ਚ ਘਿਰ ਗਏ ਹਾਂ। ਜਿਸ ਤਰੀਕੇ ਦੇ ਨਾਲ ਆਪਣੇ ਤਖਤਾਂ ਦੇ ਉੱਤੇ ਹੀ ਮਹਾਰਾਜ ਦੇ ਸਰੂਪ 'ਤੇ ਹਮਲੇ ਹੋਏ ਆ, ਇਹ ਕੋਈ ਛੋਟੀ ਚੁਣੌਤੀ ਨਹੀਂ ਹੈ ਜੋ ਕੱਲ੍ਹ ਹੋਇਆ। ਨਿਸ਼ਚਿਤ ਰੂਪ 'ਚ ਆਪਾਂ ਨੂੰ ਦੁਬਾਰਾ ਤੋਂ ਸੋਚਣਾ ਪੈਣਾ, ਪਰ ਆਪਾਂ ਦੁਬਾਰਾ ਬਿਲਕੁਲ ਖੁੱਲ੍ਹੇ ਮਨ ਦੇ ਨਾਲ ਸੋਚੀਏ। ਇਕੱਲਾ ਬੰਦਿਆਂ ਦਾ ਨੁਕਸ, ਉਹਨਾਂ ਦੀਆਂ ਲਾਲਸਾਵਾਂ ਦਾ ਨੁਕਸ ਨਹੀਂ, ਸਾਡੇ ਜਿਹੜੇ ਰਸਤੇ ਆ, ਜਿਹੜੀਆਂ ਸਾਡੀਆਂ ਆਪਣੀਆਂ ਹੀ ਪੈੜਾਂ ਆ, ਉਹਨਾਂ ਨੂੰ ਵੀ ਇੱਕ ਵਾਰ ਦੁਬਾਰਾ ਸੋਚਣ ਦੀ ਲੋੜ ਹੈ। ਤੋ ਮੈਂ ਇਸ ਅਟੱਲ ਵਿਸ਼ਵਾਸ ਦੇ ਨਾਲ ਸਮਾਪਤੀ ਕਰਦਾ ਜੋ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ ਬਾਤ ਦੇ ਵਿੱਚ ਵੀ ਸਿੱਖ ਕਹਿੰਦੇ ਆਏ ਆ ਕਿ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਆਪਣੀ ਆਜ਼ਾਦੀ ਦੇ ਨਾਲ ਨਾਲ ਇਸ ਖਿੱਤੇ ਦੇ ਬਾਕੀ ਸਾਰੇ ਜਿਹੜੇ ਲੋਕ ਹੈ ਉਹਨਾਂ ਦੇ ਆਜ਼ਾਦੀ ਦੇ ਜਾਮਨ ਵੀ ਆਪਾਂ ਬਣਨਾ। ਤਾਂ ਆਪਾਂ ਪਹਿਲਾਂ ਆਪਣੀ ਆਜ਼ਾਦੀ ਦੇ ਲਈ ਆਪਣੀ ਪੁਨਰ ਵਿਚਾਰ ਕਰੀਏ ਤਾਂ ਕਿ ਆਪਾਂ ਬਾਕੀਆਂ ਦੇ ਲਈ ਵੀ ਵਸੀਲਾ ਬਣ ਸਕੀਏ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.